The ultrasound verdict will seal her child's fate. This doctor alone has identified 30,000 female fetuses. Virtually all of them were aborted. Charanjit Kaur is one of millions of mothers who don't want daughters but would never dream of killing them. Now they've discovered a new way of getting rid of girls. They flock to the towns where modern technology has provided an efficient weapon. Ludhiana, a booming industrial town in the Punjab, northern India. Here, the latest fashion for sex determination tests has taken hold. Charanjit goes to one of the growing number of clinics. In a country starved of medical technology, there's no shortage of ultrasound machines. They're meant to be used for detecting fetal abnormalities. But here, patients are only interested in one thing, the sex of the fetus. But as far as male-female is concerned, we see the genitalia. In the male child, we see the male organs very, very clearly. Look, this is the whole leg of the child. This is another leg, and here I'm seeing the female organs. There's no doubt about, in my mind, it's only a female child. The doctor's verdict, it's only a girl. Dr. Baldeep Singh says he can tell the sex at 14 weeks. If we don't do the test, what they will do is they'll keep on producing females. They will not stop. They can have as much as 9, 10, 11, 12 female children. They will stop only once they have a male child. For Charanjit, it's another bitter disappointment. She goes for her abortion, just like virtually every other woman whose test says they're carrying a female child. ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਇਹ ਅਸੀਂ ਇੱਕ ਮੁੱਦਾ ਇਹ ਪਹਿਲਾਂ ਤਾਂ ਚੱਕਿਆ ਹੀ ਹੋਇਆ ਸੀਗਾ ਕਿ ਜਿਹੜੇ ਪੇਸ਼ੈਂਟਸ ਹੈ ਉਹਨਾਂ ਦੀ ਸਹੀ ਤਰੀਕੇ ਨਾਲ ਟ੍ਰੀਟਮੈਂਟ ਨਹੀਂ ਕੀਤੀ ਜਾਂਦੀ ਬਿੱਲ ਵਧਾਉਣ ਵਾਸਤੇ ਵੱਲ ਹੀ ਫੋਕਸ ਰਹਿੰਦਾ ਕਿ ਕਿਸੇ ਤਰੀਕੇ ਬਿੱਲ ਵਧਾਇਆ ਜਾਏ ਦੀਪ ਹਸਪੀਟਲ ਵੱਲੋਂ ਪਰ ਇਹ ਜਿਹੜੀ ਲੇਟੈਸਟ ਜਾਣਕਾਰੀ ਸਾਨੂੰ ਮਿਲੀ ਹੈਗੀ ਹੈ ਉਹ ਇੱਕ ਵੀਡੀਓ ਰਾਹੀਂ ਇੱਕ ਡਾਕੂਮੈਂਟਰੀ ਮਿਲੀ ਹੈ ਜੋ ਕਿ BBC ਜਿਹੜੀ ਹੈਗੀ ਹੈ ਉਹਦੇ ਵੱਲੋਂ ਬਣੀ ਹੋਈ ਹੈ ਔਰ ਇਹ ਜਿਹੜੀ ਡਾਕੂਮੈਂਟਰੀ ਹੈ ਇਸ ਵਿੱਚ ਬੜੇ ਹੀ ਸ਼ਰਮਨਾਕ ਤਰੀਕੇ ਨਾਲ ਆਪਣੀ ਜਿਹੜੀ ਕਾਰਵਾਈ ਕੀਤੀ ਗਈ ਡਾਕਟਰ ਬਲਦੀਪ ਵੱਲੋਂ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਰਾਦਰ ਉਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗਲੋਰੀਫਾਈ ਇਸ ਤਰੀਕੇ ਨਾਲ ਕਿ ਇਹ ਕਿਹਾ ਗਿਆ ਕਿ ਮੈਂ ਜਿਹੜੇ ਟੈਸਟ ਕਰਦਾ ਉਹਦੇ ਰਾਹੀਂ ਮੈਂ ਦੇਸ਼ ਦੀ ਸੇਵਾ ਕਰ ਰਿਹਾ ਪਾਪੂਲੇਸ਼ਨ ਕੰਟਰੋਲ ਰਾਹੀਂ ਬੜੇ ਹੀ ਸ਼ਰਮ ਦੀ ਗੱਲ ਹੈ ਨਿੰਦਾਯੋਗ ਗੱਲ ਹੈਗੀ ਹੈ ਕਿ ਆਪਣੇ ਲਾਲਚ ਖਾਤਰ ਤੁਸੀਂ ਇੱਕ ਸਮਾਜਿਕ ਕੁਰੀਤੀ ਹੈ ਉਹਨੂੰ ਤੁਸੀਂ ਗਲੋਰੀਫਾਈ ਕਰ ਰਹੇ ਹੋ ਕਿ ਹਾਂ ਜੀ ਮੈਂ ਜਿਹੜੀ ਹੈ ਜਨਸੰਖਿਆ ਕੰਟਰੋਲ ਦੇ ਵਿੱਚ ਹੈਲਪ ਕਰ ਰਿਹਾ ਅਲਟਰਾਸਾਊਂਡ ਨਾਲ ਟੈਸਟਿੰਗ ਕਰਕੇ ਜਿਹੜੀ ਅਬੋਰਸ਼ਨ ਕੀਤੀ ਜਾਂਦੀ ਹੈ ਫੀਮੇਲ ਫੋਟੀਸਾਈਡ ਕੀਤੀ ਜਾਂਦੀ ਹੈ ਇਹਦੀ ਮੈਂ ਹੋਰ ਸ਼ਬਦਾਂ 'ਚ ਨਿੰਦਾ ਕਰਦਾ ਇਹ ਡਾਕੂਮੈਂਟਰੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਹੈਗੀ ਹੈ ਸਾਰੇ ਪਲੇਟਫਾਰਮਸ 'ਤੇ ਆਪਾਂ ਦੇਵਾਂਗੇ ਵੈਸੇ ਜਿਹੜੀਆਂ ਪੁਰਾਣੀਆਂ ਕੰਪਲੇਂਟਸ ਇਹਨਾਂ ਦੇ ਰਿਲੇਟਿਡ ਸਾਨੂੰ ਮਿਲੀਆਂ ਸੀਗੀਆਂ ਉਹ ਆਲਰੇਡੀ ਅਸੀਂ ਉਹਦੇ ਉਹਦੀ ਜਿਹੜੀ ਕੰਪਲੇਂਟਸ ਹੈ ਵੱਖ ਵੱਖ ਥਾਵਾਂ 'ਤੇ ਜਿਹੜੇ ਜਿਹੜੇ ਕੰਸਰਨਡ ਪਰਸਨਸ ਹੈ ਉਹਨਾਂ ਸਾਰਿਆਂ ਕੋਲ ਭੇਜੀਆਂ ਇੰਕਲੂਡਿੰਗ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਸਿਹਤ ਮੰਤਰੀ ਹਿਊਮਨ ਰਾਈਟਸ ਕਮਿਸ਼ਨ ਮੁੱਖ ਮੰਤਰੀ ਪੰਜਾਬ ਗਵਰਨਰ ਪੰਜਾਬ ਹਿਊਮਨ ਰਾਈਟਸ ਕਮਿਸ਼ਨ DGP ਪੰਜਾਬ ਇਹਨਾਂ ਸਾਰਿਆਂ ਤੋਂ ਸਾਡੇ ਕੋਲ ਜਿਹੜੀਆਂ ਐਕਨੋਲੇਜਮੈਂਟਸ ਵੀ ਆਈਆਂ ਹੋਈਆਂ ਕਿ ਇਹ ਰਿਪੋਰਟਸ ਉਹਨਾਂ ਕੋਲ ਪਹੁੰਚ ਚੁੱਕੀਆਂ ਅੱਗੇ ਵੀ ਜਿਵੇਂ ਕੋਈ ਇਹੋ ਜਿਹੀ ਸਾਡੇ ਕੋਲ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਇਹ ਸਾਨੂੰ ਮਿਲੀ ਹੈ ਡਾਕੂਮੈਂਟਰੀ ਇਹ ਵੀ ਅਸੀਂ CP ਸਾਹਿਬ ਦੀ ਨੌਲੇਜ ਲਵਾਂਗੇ ਕਿ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਏ ਇਹ ਤਾਂ ਬੜੀ ਪੁਰਾਣੀ ਰਿਪੋਰਟ ਹੈ ਜਿਹਦੇ ਵਿੱਚ 80 ਸਨ ਦੀ ਹੋਏਗੀ 80s ਦੀ ਹੈ ਜਿਹਦੇ ਵਿੱਚ ਉਸ ਟਾਈਮ 'ਤੇ ਦੱਸਿਆ ਗਿਆ ਕਿ 30,000 ਫੀਮੇਲ ਫੋਟੀਸਾਈਡ ਦੇ ਵਿੱਚ ਯੋਗਦਾਨ ਰਿਹਾ ਡਾਕਟਰ ਬਲਦੀਪ ਜਿਹੜੇ ਦੀਪ ਹਸਪੀਟਲ ਵਾਲੇ ਔਰ ਉਹ ਜੇ ਉਸੇ ਵੋਲਿਊਮਸ 'ਤੇ ਚੱਲਦਾ ਰਿਹਾ ਹੋਏ ਤਾਂ ਅੱਜ ਉਹ ਸ਼ਾਇਦ ਸੰਖਿਆ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਹੋਏਗੀ ਬੜੀ ਹੀ ਨਿੰਦਾਯੋਗ ਗੱਲ ਹੈਗੀ ਹੈ ਮੈਂ ਹੋਰ ਸ਼ਬਦਾਂ 'ਚ ਦੀ ਨਿੰਦਾ ਕਰਦਾ ਹੈਗਾ ਔਰ ਸਰਕਾਰ ਤੋਂ ਔਰ ਜਿਹੜੇ ਕੰਸਰਨਡ ਆਫੀਸ਼ਲਸ ਹੈ ਉਹਨਾਂ ਤੋਂ ਇੱਕ ਰਿਕੁਐਸਟ ਵੀ ਕਰਦਾ ਉਹਨਾਂ ਨੂੰ ਕਿ ਇਸ 'ਤੇ ਜਿਹੜੀ ਲੋੜੀਂਦਾ ਕਾਰਵਾਈ ਹੈ ਉਹ ਕੀਤੀ ਜਾਏ ਬਹੁਤ ਬਹੁਤ ਧੰਨਵਾਦ ਥੈਂਕ ਯੂ SV ਸਿੰਘ ਜੀ ਹਾਂ ਮੈਡਮ ਹਾਂਜੀ CNW ਚੈਨਲ ਲੁਧਿਆਣਾ ਸਿਟੀ ਲਾਈਵ ਅਤੇ ਬਿਜ਼ਨਸ ਇੰਡੀਆ TV 'ਤੇ ਲੋਕਦਰਦ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੈਸ ਕਾਨਫਰੰਸ 'ਚ ਕਈ ਸਵਾਲ ਕੀਤੇ ਸੀਗੇ ਉਹਨਾਂ ਦੇ ਜਵਾਬ ਆ ਹੱਥ 'ਚ ਨੇ ਸਾਡੇ ਜਿਹੜੀਆਂ ਫਾਈਲਾਂ ਪਈਆਂ ਨੇ ਇਹ ਮਰੀਜ਼ਾਂ ਦੀਆਂ ਫਾਈਲਾਂ ਨੇ ਜਿਹੜੇ ਕਿ ਅਸੀਂ ਇੱਕ ਵਕੀਲ ਹਾਇਰ ਕੀਤਾ ਵਾ ਉਹਨੂੰ ਹੁਣ ਜਸ ਹੁਣ ਕੇਸ ਦੇ ਦੇਣੇ ਆ ਸਾਰੇ ਅਤੇ ਉਹਦੇ ਵਿੱਚ ਉਹ
केस कर लड़ूगा, सारे जिन्हें भी मरीज उन्होंने तो सताए हुए हैं। दूसरा जिहड़ा ये जिहड़ी हैगी आ मैं एप्लीकेशन दी सी पर प्रधानमंत्री तक एप्लीकेशन दी सी ला सी एम ओ एस सी पी ए टू जैड जिहदी कि रिसीविंग आ रही है, मैनू रिसीविंग आई आ पहला एल डी जी पी क्राइम तो रिसीविंग आ गई आ, तो ह्यूमन राइट तो भी रिसीविंग आ गई आ, अकनोलेजमेंट आ गई आ, तो हुण उन इन्हां ते असी जिहड़े चार केस होर ऐड कर देने वो दोबारा इन्हों पा देने उस तो बाद असी आर टी आई पानी आ, फिर कि ये बॉन्ड हो जाएंगे, फिर उस तो बाद असी धरना लावांगे एक बड़ा। और मैं भैन जी हुणां नूं भी रिक्वेस्ट करूँगा, सिमी मोदगल जी नूं भी, भैन जी जिहड़े आजादी घुलाटीए ने दे परिवार चों, इन्हां नूं भी कहूँगा, तो सारे परिवार रल के असी उत्थे धरना बड़ा बड़ा धरना लावांगे। और धरना असी उदों चकांगे जिन्ना जदों वह सलाखां दे अंदर नहीं जाऊगा जां उहनूं उहदे ते बनदी कारवाई नहीं होगी। तो असी धरना जिहड़ा पहला लाया सी उदों उन्हां ने पंजाब उन्हां पुलिस वालियां ने कहता सी इह ते कारवाई शुरू हो गई आ, इस करके साडी रिक्वेस्ट मन के तुसीं 5-7 दिन दे दो, 10 दिन वो मैं हफ्ता देता सी उन्हां नूं, ते बट हजे भी मैनू एक्टिविटी कोई दिखती नहीं हैगी। एक बार इन्हां को डी सी पी क्राइम तो उन्हां को मैं आप जाके सी पी को भी उन्हां तो पुछ के उस तो बाद असी जे नहीं हुई कार्रवाई फिर उत्थे धरना बहुत वड्डा धरना लाया जाएगा। तो आ सारे प्रूफ हैगे आ जिहड़े कि फाइलां ने, ये घट्टो घट इस टाइम मेरे को अठ मरीजों दी फाइलां आ गई ने, ठीक है ना जी। तो वो भैन जी होनी आ उन्हां नूं जिवें इस तरह जाने कि बिहेव करदा सीगा भी जिवें कोई आधार मंगण आया होवे, तो उल्टा उन्होंने कहना जी भी फेसबुक पर पा दूँ। दसो का एक भूआ अपने भतीजे अंदर मिल नहीं सकती, तो उल्टा उन्होंने कहना जी मैं तुहाडी फेसबुक ते किस चीज़ की, ये डॉक्टर आ का की आ ये फेसबुक वाला बनया फिरदा कसाई आ ये एक तरह का। आ जिहड़ी अज वीडियो रिलीज़ की 3000 का कातल आ, 30,000 का कातल आ ये, तो एक जे एक कतल हो जाता इंडिया च तो उनकी सज़ा कि मिलती है, मौत की सज़ा, तो इनू कि सज़ा देनी चाहिए है ये तुसी आप ही डिसाइड करो। मैं नोट की आ डॉक्टर की, ये जो भी डैथ होंगी ये हस्पताल च 12 तो 1 के बिच बिच होंगी, तो 4 बजे जाके कॉल करता पेशेंट नूं भी तुहाडे पेशेंट की जिहड़ी डैथ हो गई आ, तो जिन्नियां भी डैथ हुई तकरीबन यही कंडीशन सी। अच्छा दूसरी एक चीज़ होर नोट की आ, वो मिडल क्लास फैमिली नूं टारगेट करता, ना अपर नूं ना लोअर नूं, क्योंकि जदों एक तो उन्होंने मिडल क्लास फैमिली चो एक तो बंदा चलिया गया, एक दूजा वो तो 10-15 लाख रुपया लै लिया। लोग मेरे तो पत्रकार पुछते भी इन फैमिलियाँ क्यों नहीं अगे आ रही, फैमिलियाँ कितने अगे आनगियां, एक तो उन्होंने घर का चीज़ चलिया गया कमाने वाला, एक उन्होंने जोड़े पैसे जिन्हें भी सी पता नहीं कितों कितों फट के लाने, मिडल क्लास फैमिली 10-15 लाख किमें इकट्ठा करती है वो तुम आप ही समझ सकते हो किमें इकट्ठा करूगी, तो उस तो बाद फैमिली उठ किमें उठ के दोबारा अगेंस्ट हो जूगी, ठीक है ना जी। तो ये ज़्यादातर ये इस टारगेट पर लग्या होया, एक तरह का राक्षस आ, राक्षस मैं तो इनू यही कहना हुंना भी डॉक्टर बलदीप बुच्चड़ ते डॉक्टर जिहड़ा दीप होस्पिटल वो बुच्चड़ खाना वा। सो दोस्तों तुसी जागो जागो, जे हुण भी ना जागे फिर पता नहीं कदों जाओगे। मैं सारे डॉक्टरों नूं नहीं कहिंदा, सारे प्रोफेशनां नूं नहीं कहिंदा भी सारे प्रोफेशनां विच कुछ चंगे भी हुंदे आ कुछ लोग माड़े भी हुंदे आ, पर इहजा माड़ा मैं नहीं देखिया अज तक। मैं दुनिया ते मैं मैनूं इन्नी क मेरी 50 साल की उम्र हो गई, पर इहजा जिहड़ा बुच्चड़ डॉक्टर ये जिवें लोगों नूं धमकियां दिंदा ना, मैं खुला चैलेंज करदा तू जिथे मर्जी बुला ला, कल्ला आऊं कल्ला ही तेरी क्लास ला के जाऊँ, चाहे आपदे नाल 50 बंदे ले आई, जिथे मर्जी जदों मर्जी मेरा नंबर भी नोट कर ला, 90-23-73-11-34, तो दूजा मेरा नंबर आ 95-92-62-93-90। मैं आ सारे उपर प्रधानमंत्री तकर देती आ, अकनोलेजमेंट आ गई आ, मैं दोबारा भी 3-4 जिहड़े पेशेंट मेरे को आए वह भी ऐड करके दोबारा पा देने एप्लीकेशन दे देनी आ, उस तो बाद 15-20 दिन देख के उस तो बाद आर टी आई पाउनी आ, उस तो बाद एक बड़ा धरना लाया जाएगा जिहड़ा कि उदों उठाऊंगा उत्थे जिन्ना चिकर उहदे ते कारवाई नहीं हुई। सो दोस्तों तुसी भी जागो ते लोकां नूं भी जगाओ, मैं जिन्हां नाल भी गल कीती आ जां ओह आप पीड़ित ने, हर लुधियाणे दे 5वां बंदा मैनूं ये कहिंदा साडे किसी ओह ना होया, साडे ओह रिश्तेदार ना होया, वो कह जरूर दिंदे ने पर उठो जागो, जे उठ के खड़ो होवोंगे तां ही इह जे हस्पतालां दा जिहड़े गलत डॉक्टर ने उन्हां दा चंगी तरह इलाज होगा, नहीं नहीं इहदा इहनां दा इहदा इलाज इही आ भी इह सलाखां दे पिछे जाणा चाहीदा। मेहरबानी, थैंक यू। नारी चेतना की प्रधान है मैं, नारी चेतना के थ्रू जो सोचा जाए तो यह जो डॉक्टर है सरासर झूठ बोलता है, और दूजी गल ये जिदा भ्रूण हत्या करता है कि 15,000 या 5,000 रुपया दे के अबोशन कराओ, जो ये पुछो भी कुड़ी आ जा मुंडा वा,
एक गलत कर रहा है क्योंकि कुड़ियों के वास्ते असी घर घर जाके असी लोगों को जागरूक करते हैं कि धियां पैदा करो धियां दा हत्या ना करो तो डॉक्टर साढ़े ना उल्टा चलता पाया वा ਇਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹਦੇ ਬਾਰੇ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਡਾਕਟਰ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਆਪਣਾ ਜਿਹੜੇ ਪੇਸ਼ੈਂਟਾਂ ਨਾਲ ਗਲਤ ਟ੍ਰੀਟਮੈਂਟ ਕਰਦਾ ਉਹਦੇ ਬਾਰੇ ਵੀ ਤੁਹਾਡੇ ਕੀ ਵਿਚਾਰ ਹੈ ਡਾਕਟਰ ਸਾਹਿਬ ਨੇ ਜੋ ਵੀ ਕੀਤਾ ਇਹਨਾਂ ਨਾਲ ਮੈਡਮ ਦੇ ਭਤੀਜੇ ਨਾਲ ਉਹਨਾਂ ਨੇ ਗਲਤ ਕੀਤਾ ਹੈ ਔਰ ਜੋ ਵੀ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਇਹਨਾਂ ਨੂੰ ਧਮਕੀ ਦਿੱਤੀ ਆ ਵੀ ਮੈਂ ਫੇਸਬੁੱਕ ਤੇ ਪਾ ਦੂੰਗਾ ਫੇਸਬੁੱਕ ਤੇ ਉਹ ਕੀ ਪਾਣਾ ਚਾਹੁੰਦਾ ਹੈ ਕੀ ਇਹ ਭਤੀਜਾ ਦੇਖਣ ਨੂੰ ਜਾ ਨਹੀਂ ਸਕਦੇ ਹੈਗੇ